ਪਿਛਲੇ 10 ਦਿਨਾਂ ਤੋਂ ਸਰਦੀ ਦੀ ਮਾਰ ਚੱਲ ਰਿਹਾ ਪੰਜਾਬ ਦੇ ਵਿੱਚ, ਹਾਲੇ ਵੀ ਨੇੜਲੇ ਭਵਿੱਖ ਵਿੱਚ ਆਸ ਨਜ਼ਰ ਨਹੀਂ ਆ ਰਹੀ ਕਿ ਚੰਗੀ ਧੁੱਪ ਦੇ ਦਰਸ਼ਨ ਇਸ ਵਾਰ ਲੋਕਾਂ ਨੂੰ ਹੋਣਗੇ। ਹਾਲਾਂਕਿ ਕੱਲ੍ਹ ਖਾਸ ਤੌਰ 'ਤੇ ਕੁਝ ਘੰਟਿਆਂ ਲਈ ਧੁੱਪ ਦਾ ਆਗਮਨ ਜ਼ਰੂਰ ਹੋਇਆ ਸੀ, ਪਰ ਸ਼ਾਮ ਨੂੰ ਫਿਰ ਧੁੰਦ ਜੋ ਹੈ ਉਹ ਚਾਰੇ ਪਾਸੇ ਪਸਰ ਗਈ ਅਤੇ ਅੱਜ ਦਾ ਮਾਹੌਲ ਵੀ ਇਸੇ ਤਰ੍ਹਾਂ ਦਾ ਆਇਆ। ਜੇਕਰ ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ 7 ਤੋਂ ਲੈ ਕੇ 11 ਡਿਗਰੀ ਟੈਂਪਰੇਚਰ ਜੋ ਹੈ ਇਸ ਵੇਲੇ ਚੱਲ ਰਿਹਾ ਹੈ ਦੁਆਬੇ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਜਿਨ੍ਹਾਂ ਵਿੱਚ ਫਗਵਾੜਾ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਜੋ ਹੈ ਕਪੂਰਥਲਾ ਦੇ ਵਿੱਚ ਜੋ ਟੈਂਪਰੇਚਰ ਹੈ ਅੱਜ 7 ਡਿਗਰੀ ਤੋਂ ਲੈ ਕੇ 11-12 ਡਿਗਰੀ ਤੱਕ ਹੀ ਘੁੰਮਦਾ ਨਜ਼ਰ ਆ ਰਿਹਾ ਹੈ। ਜਦਕਿ ਜੇ ਰਾਤ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਗਿਆਨੀਆਂ ਅਨੁਸਾਰ ਇਹ 5 ਤੋਂ 8 ਡਿਗਰੀ ਤੱਕ ਹੋ ਸਕਦਾ ਹੈ ਅਤੇ ਜੇਕਰ ਅਸੀਂ ਭਾਰਤ ਦੇ ਬਾਕੀ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਜੰਮੂ ਕਸ਼ਮੀਰ ਵਿੱਚ ਵੀ ਗੁਲਮਰਗ ਅਤੇ ਲੇਹ ਲਦਾਖ ਵਿੱਚ ਮਾਈਨਸ ਟੈਂਪਰੇਚਰ ਹੋ ਰਿਹਾ ਹੈ। ਹਾਲਾਂਕਿ ਹਿਮਾਚਲ ਦੇ ਕੁਝ ਇੱਕ ਪਿਕਨਿਕ ਸਪੋਟਾਂ ਜਿਵੇਂ ਮਨਾਲੀ, ਸ਼ਿਮਲਾ ਦੇ ਵਿੱਚ ਹਲਕੀ ਹਲਕੀ ਧੁੱਪ ਜੋ ਹੈ ਉਹ ਚੜ੍ਹਨ ਦੇ ਆਸਾਰ ਸਨ, ਪਰ ਇੱਕ ਵਾਰ ਫਿਰ ਪਹਾੜ ਜੋ ਹੈ ਉਹ ਸਰਦੀ ਦੇ ਵਿੱਚ ਢਕੇ ਜਾ ਰਹੇ ਨੇ ਅਤੇ ਹੁਣ ਸਰਦੀਆਂ ਜਿਹੜੀਆਂ ਕਿ ਇੱਕ ਤਰ੍ਹਾਂ ਦੇ ਨਾਲ ਲੋਕਾਂ ਦੇ ਲਈ ਜਾਨ ਦਾ ਆਫਤ ਬਣੀਆਂ ਹੋਈਆਂ ਸੀ, ਹੁਣ ਇਸ 'ਤੇ ਬਾਕੀ ਪ੍ਰਭਾਵ ਵੀ ਆਉਣੇ ਸ਼ੁਰੂ ਹੋ ਗਏ ਨੇ। ਅੱਜ ਦੀ ਫਗਵਾੜਾ ਹੈੱਡਲਾਈਨ ਲਾਈਵ ਵੱਲੋਂ ਜਦੋਂ ਮਾਰਕੀਟ ਦੇ ਵਿੱਚ ਸਰਵੇ ਕੀਤਾ ਤਾਂ ਦੁਕਾਨਦਾਰਾਂ ਅਤੇ ਵੱਖ ਵੱਖ ਟ੍ਰੇਡਾਂ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਜੇ ਇਸੇ ਤਰ੍ਹਾਂ ਸਰਦੀ ਹੋਰ ਜ਼ਿਆਦਾ ਰਹੀ ਤਾਂ ਇਸ 'ਤੇ ਵੱਡੇ ਆਰਥਿਕ ਨੁਕਸਾਨ ਵੀ ਆਉਣਗੇ, ਕਿਉਂਕਿ ਵਧੇਰੇ ਸਰਦੀ ਹੋਣ ਕਰਕੇ 12 ਵਜੇ ਤੋਂ ਬਾਅਦ ਹੀ ਲੋਕ ਬਾਹਰ ਨਿਕਲ ਰਹੇ ਨੇ ਅਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਨਾ ਹੋਵੇ ਤਾਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾ ਰਿਹਾ। ਹੁਣ ਜਿੱਦਾਂ ਠੰਡ ਦਾ ਮੌਸਮ ਚੱਲ ਰਿਹਾ ਆ ਅਤੇ ਇਹਦਾ ਜਿਹੜਾ ਬੈਂਕ ਦੇ ਕੰਮ 'ਤੇ ਵੀ ਬਹੁਤ ਅਸਰ ਪੈ ਰਿਹਾ, ਕਿਉਂਕਿ ਠੰਡ ਕਰਕੇ ਜਿਹੜੇ ਸਾਡੇ ਕੋਪਰੇਟ ਬੈਂਕਾਂ ਦੇ ਗਾਹਕ ਖਾਸ ਕਰਕੇ ਪਿੰਡਾਂ ਤੋਂ ਹੁੰਦੇ ਆ ਉਹ ਠੰਡ ਕਰਕੇ ਥੋੜ੍ਹਾ ਲੇਟ ਨਿਕਲਦੇ, ਜਿੱਦਾਂ ਕਿ ਅਸੀਂ 10 ਵਜੇ ਬੈਂਕ ਖੋਲ੍ਹ ਲਈਦੀ ਆ ਅਤੇ ਜਿਹੜੇ ਗਾਹਕ ਜਿਹੜੇ ਆ ਉਹ 12 ਕੁ ਵਜੇ ਦੇ ਕਰੀਬ ਆਉਣੇ ਸ਼ੁਰੂ ਹੁੰਦੇ ਆ। ਨਹੀਂ ਤਾਂ ਪਹਿਲਾਂ ਜਿਹੜੇ ਜਦੋਂ ਅਸੀਂ 10 ਵਜੇ ਤੋਂ ਪਹਿਲਾਂ ਹੀ ਮਤਲਬ ਸਾਡੇ ਆ ਕੇ ਗਾਹਕ ਬੈਠੇ ਹੁੰਦੇ ਸੀਗੇ ਅਤੇ ਅਸੀਂ 10 ਵਜੇ ਠੀਕ ਕੰਮ ਆਪਣਾ ਸਟਾਰਟ ਕਰ ਦਿੰਦੇ ਸੀਗਾ। ਹੁਣ ਠੰਡ ਕਰਕੇ ਉਹ ਜਿਹੜੇ ਗਾਹਕ ਆ ਵਧਣ ਦੇ ਨਾਲ ਟੈਂਪਰੇਚਰ ਬਹੁਤ ਡਾਊਨ ਜਾ ਰਿਹਾ ਅਤੇ ਮਾਰਕੀਟ ਦੇ ਵਿੱਚ ਪੇਸ਼ੈਂਟ ਵੀ ਡਾਕਟਰਾਂ ਦੇ ਕੋਲ ਬਹੁਤ ਘੱਟ ਜਾ ਰਹੇ ਆ ਔਰ ਕੈਮਿਸਟਾਂ ਦੀ ਸੇਲ ਔਰ ਮਾਰਕੀਟ ਵਪਾਰ ਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਕਿ ਜਦ ਮਾਰਕੀਟ 'ਚ ਪੇਸ਼ੈਂਟ ਹੀ ਨਹੀਂ ਕੋਈ ਆਊਗਾ ਠੰਡ ਕਰਕੇ ਤਾਂ ਬਹੁਤ ਬੁਰੇ ਹਾਲਾਤ ਹੈ। ਲੋਕਾਂ ਨੂੰ ਐਡਵਾਈਸ ਵੀ ਆ ਕਿ ਜ਼ਿਆਦਾ ਜੇ ਜ਼ਰੂਰੀ ਨਾ ਕੰਮ ਹੋਵੇ ਤਾਂ ਨਾ ਬਾਹਰ ਜਾਓ, ਇੰਨੀ ਠੰਡ ਹੋ ਚੁੱਕੀ ਆ। ਕੁਛ ਮੌਸਮ ਦੇ ਹਾਲਾਤ, ਕੁਛ ਜਿਹੜੀ ਸਰਕਾਰ ਆ ਉਹਨੇ ਇੱਦਾਂ ਦੇ ਕਾਨੂੰਨ ਕਈ ਪਾਸ ਕਰਤੇ ਜਿਨ੍ਹਾਂ ਕਰਕੇ ਵਪਾਰ ਦੇ ਉੱਤੇ ਡੇ ਬਾਏ ਡੇ ਬਹੁਤ ਬੁਰਾ ਅਸਰ ਪੈ ਰਿਹਾ। ਆਰਥਿਕਤਾ ਦੇ ਨਾਲ ਟੁੱਟੇ ਹੋਏ ਲੋਕਾਂ ਦੇ ਲਈ ਠੰਡ ਦੀ ਮਾਰ ਝੱਲਣੀ ਤਾਂ ਔਖੀ ਹੈ, ਪਰ ਜੇਕਰ ਤੁਸੀਂ ਆਪਣੀ ਦਿਹਾੜੀ ਕਮਾਉਣੀ ਹੈ ਅਤੇ ਉਸੇ ਦਿਹਾੜੀ ਦੇ ਨਾਲ ਫਿਰ ਤੁਸੀਂ ਘਰ ਨੂੰ ਚਲਾਉਣਾ ਹੈ ਤਾਂ ਕਿੰਨਾ ਮੁਸ਼ਕਲ ਹੋਵੇਗਾ। ਇਹ ਦ੍ਰਿਸ਼ ਹੈ ਫਗਵਾੜਾ ਦੇ ਜਿਗੀ ਰੋਡ 'ਤੇ ਪੁਰਾਣੇ ਕੱਪੜੇ ਵੇਚੇ ਵਾਲਿਆਂ ਦਾ। ਤੁਸੀਂ ਦੇਖ ਰਹੇ ਹੋ ਕਿ ਕੋਈ ਵੀ ਗ੍ਰਾਹਕ ਨਹੀਂ ਆ ਰਿਹਾ ਅਤੇ ਸਵੇਰ ਤੋਂ ਹੀ ਜਦੋਂ ਇਹ ਸਰਦੀ ਜੋ ਹੈ ਇਸ ਦੇ ਨਾਲ ਇਹ ਮਾਰਕੀਟ ਬਿਲਕੁਲ ਠੰਡੀ ਪਈ। ਅੱਜ ਜੋ ਆਪਾਂ ਦੇਖ ਰਹੇ ਹਾਂ ਮੌਸਮ ਦੇ ਮੁਤਾਬਿਕ ਬਹੁਤ ਜ਼ਿਆਦਾ ਸਰਦੀ ਪੈ ਰਹੀ ਆ, ਲੇਕਿਨ ਸਰਦੀ ਦੇ ਵਿੱਚ ਜਿਹੜਾ ਗਰੀਬ ਟਪਕਾ ਹੈਗਾ ਉਹਦਾ ਬਹੁਤ ਬੁਰਾ ਹਾਲ ਹੈ। ਜੇ ਕੋਈ ਕੰਮ ਕਰਦਾ ਆ, ਪਹਿਲੀ ਗੱਲ ਤਾਂ ਆਪਣਾ ਬਹੁਤ ਮਾਰਕੀਟ ਮੰਦੀ ਆ, ਕੰਮਕਾਰ ਹੈ ਨਹੀਂ। ਜੇ ਕੋਈ ਹੈਗੇ ਆ, ਜਿਹੜਾ ਕੋਈ ਮਿਹਨਤੀ ਬੰਦਾ ਆ ਉਹ ਮਿਹਨਤ ਕਰਦਾ ਆ ਅਤੇ ਉਹਨੂੰ ਜਾਣੀ ਕਿ ਉਹਦੇ ਹੱਥ ਪੈਰ ਹੀ ਨਹੀਂ ਚੱਲਦੇ, ਠੰਡ ਇੰਨੀ ਹੋ ਚੁੱਕੀ ਆ। ਔਰ ਗੌਰਮੈਂਟ ਵੱਲੋਂ ਕੋਈ ਨਾ ਕੋਈ
ਵਸੀਲਾ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਕੋਈ ਕੰਮ ਦੇ ਉੱਤੇ ਬੰਦੇ ਨੂੰ ਸਪੋਰਟ ਮਿਲੇ। ਹੁਣ ਜੇ ਕੋਈ ਗਰੀਬ ਬੰਦਾ 200-300-400 ਰੁਪਏ ਦਿਹਾੜੀ ਇਕੱਠੀ ਕਰਦਾ ਆ, ਪਹਿਲਾਂ ਤਾਂ ਉਹਨੂੰ ਪਰਿਵਾਰ ਦੇ ਇੱਕ ਲਾਲੇ ਪਏ ਹੁੰਦੇ ਵੀ ਮੈਂ ਆਪਣੇ ਪਰਿਵਾਰ ਨੂੰ ਕਿੱਦਾਂ ਚਲਾਉਣਾ। ਜੇ ਕੰਮ, ਪਹਿਲੀ ਗੱਲ ਤਾਂ ਕੰਮ ਹੈ ਨਹੀਂ, ਜੇ ਕੰਮ ਹੈ ਨਹੀਂ ਤਾਂ ਠੰਡ ਬਹੁਤ ਆ। ਇਹਨੇ ਮੇਰੇ ਗੱਲ ਨੂੰ ਸੁਣਦੇ ਹੋਣਗੇ, ਉਹ ਵੀ ਜਾਂ ਰਾਤ ਨੂੰ ਕੋਈ ਗਰੀਬ ਆਦਮੀ, ਕੋਈ ਭਿਖਾਰੀ ਜਾਂ ਕੋਈ ਹੋਰ ਗਰੀਬ ਨਿਕਲਦਾ ਆ, ਤੁਸੀਂ ਜਿੱਥੇ ਆਉਣਾ ਜਾਣਾ ਤੁਹਾਨੂੰ ਕਿਤੇ ਪੈਂਦਾ, ਤੁਹਾਡੇ ਘਰ ਕੋਈ ਪੁਰਾਣੇ ਕੱਪੜੇ ਜਾਂ ਕੋਈ ਕੋਟੀ ਜਾਂ ਕੋਈ ਕੰਬਲ ਇੱਦਾਂ ਦੀਆਂ ਚੀਜ਼ਾਂ ਹੋਣ, ਤਾਂ ਇਸ ਗਰੀਬ ਦਾ ਤਨ ਜ਼ਰੂਰ ਢੱਕੋ, ਕਿਉਂ ਪ੍ਰਕੋਪ ਸਰਦੀ ਦਾ ਇੰਨਾ ਕੁ ਚੱਲ ਰਿਹਾ, ਬੰਦੇ ਦੀਆਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ। ਬੰਦਾ ਅੱਜ ਦੋਹਰੀ ਮਾਰ ਚੱਲਦਾ ਪਿਆ, ਗਰੀਬ ਆਦਮੀ ਸਰਦੀ ਦੀ ਮਾਰ, ਆਪਣੇ ਸਰੀਰ ਨੂੰ ਬਚਾਉਣ ਦੀ ਵੀ ਚੱਲਦਾ ਪਿਆ ਔਰ ਆਪਣੇ ਬਿਜ਼ਨਸ। ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ ਸਰਦੀ ਕਾਰਨ ਹੁਣ ਲੋਕ ਵੀ ਆਪਣੇ ਕੰਮਾਂ ਕਾਰਾਂ ਦੇ ਲਈ ਜ਼ਿਆਦਾ ਸੰਜੀਦਾ ਹੋਏ ਨੇ, ਹਾਲਾਂਕਿ ਜੋ ਠੰਡ ਦੀ ਮਾਰ ਹੈ ਉਹਨਾਂ ਨੂੰ ਵਰਜਿਤ ਕਰ ਰਹੀ ਹੈ। ਤੁਸੀਂ ਦੇਖ ਰਹੇ ਹੋ ਅਸੀਂ ਜੀ ਟੀ ਰੋਡ 'ਤੇ ਹਾਂ ਔਰ ਖਾਸ ਤੌਰ 'ਤੇ ਤੁਸੀਂ ਦੇਖ ਰਹੇ ਹੋ ਕਿ ਜ਼ਿਆਦਾ 4-ਵੀਲਰ ਹੀ ਨੇ, ਜਿਨ੍ਹਾਂ ਵਿੱਚ ਕਾਰਾਂ ਨੇ ਔਰ ਬੱਸਾਂ ਨੇ, 2-ਵੀਲਰ ਬੇਹੱਦ ਘੱਟ ਨਜ਼ਰ ਆ ਰਹੇ ਨੇ। ਅਤੇ ਜੇਕਰ ਟਾਵਾਂ 2-ਵੀਲਰ ਆ ਵੀ ਰਿਹਾ ਹੈ, ਉਸ 'ਤੇ ਵੀ ਕੋਈ ਬਹੁਤ ਹੀ ਜ਼ਰੂਰੀ ਕੰਮ ਕਰਨ ਦੇ ਲਈ ਬਾਹਰ ਡਰਾਈਵਿੰਗ ਕਰ ਰਿਹਾ ਹੈ। ਇਹ ਇੱਕ ਬਹੁਤ ਵੱਡਾ ਸੰਕਟ ਜੋ ਨਜ਼ਰ ਆ ਰਿਹਾ ਹੈ। ਸਰਦੀਆਂ ਦੇ ਵਿੱਚ ਉਂਝ ਤਾਂ ਹਰ ਬੰਦੇ ਦੀ ਉਡੀਕ ਹੁੰਦੀ ਹੈ ਕਿ ਸਰਦੀਆਂ ਆਉਣ, ਪਰ ਇਸ ਵਾਰ ਦੀਆਂ ਸਰਦੀਆਂ ਲੰਬਾ ਸਮਾਂ ਤੱਕ ਆਉਣ ਕਰਕੇ ਹੁਣ ਇਸ 'ਤੇ ਨਾ ਪੱਖੀ ਰਿਜ਼ਲਟ ਜਿਹੜੇ ਆ ਉਹ ਸਾਹਮਣੇ ਆ ਰਹੇ ਹੈ। ਦੂਸਰੇ ਪਾਸੇ ਆਰਥਿਕ ਦੀ ਮੰਦੀ ਦੀ ਮਾਰ ਚੱਲ ਰਿਹਾ ਲੋਕਾਂ ਦੇ ਲਈ, ਹੁਣ ਰੁਜ਼ਗਾਰ ਦੀ ਤਲਾਸ਼ ਕਰਨਾ ਵੀ ਔਖਾ ਹੈ। ਦੀ ਫਗਵਾੜਾ ਹੈਲਨ ਲਾਈਵ ਨੇ ਜਦੋਂ ਬਾਂਸਾ ਵਾਲੇ ਬਾਜ਼ਾਰ ਅਤੇ ਬੰਗਾ ਰੋਡ ਦੇ ਵਿੱਚ ਸਥਿਤ ਸਵੇਰੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਜਦ ਕੰਸਟਰਕਸ਼ਨ ਹੀ ਨਹੀਂ ਹੋ ਰਹੀ ਤਾਂ ਕੰਮ ਸਾਨੂੰ ਕਿੱਥੋਂ ਮਿਲੇਗਾ। ਉਸ ਵੇਲੇ ਘਰੋਂ ਰੋਜ਼ੀ ਰੋਟੀ ਦੀ ਭਾਲ ਕਰਨ ਆਏ ਮਜ਼ਦੂਰ ਵੀ ਹੁਣ ਵਧੇਰੇ ਚਿੰਤਤ ਨਜ਼ਰ ਆ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਇਹ ਠੰਡ ਦਾ ਪ੍ਰਕੋਪ ਕਿੰਨੀ ਦੇਰ ਜਾਰੀ ਰਹਿੰਦਾ ਹੈ, ਅਤੇ 2020 ਜਦੋਂ ਕਿ ਆਪਣੇ ਬਰੂਹੇ 'ਤੇ ਖੜ੍ਹਾ ਹੈ, ਅਤੇ 2020 ਦੇ ਸ਼ੁਰੂਆਤੀ ਹਫ਼ਤੇ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਰਹਿੰਦਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਭਾਰਤ ਦੇ ਕਈ ਜਗ੍ਹਾ 'ਤੇ ਹਾਈ ਅਲਰਟ ਵੀ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਵਰਜਿਆ ਹੈ ਕਿ ਉਹ ਬਹੁਤ ਜ਼ਰੂਰੀ ਹੋਵੇ ਤਾਂ ਬਾਹਰ ਨਿਕਲਣ, ਉਂਝ ਜੋ ਗਰੇਜ ਹੀ ਕਰਨ। ਦੇਖਣਾ ਇਹ ਹੈ ਕਿ ਕੁਦਰਤ ਦੀ ਇਹ ਜੋ ਆਫਤ ਹੈ ਇਹ ਕਿੰਨੀ ਦੇਰ ਤੱਕ ਲੋਕਾਂ ਦੇ ਲਈ ਜਾਨ ਦੀ ਦੁਸ਼ਮਣ। ਉਦਯੋਗ ਆਰਥਿਕ ਮੰਦਹਾਲੀ ਚੱਲ ਰਹੇ ਨੇ, ਹੁਣ ਇਹ ਕੁਦਰਤ ਵੱਲੋਂ ਸਰਦੀਆਂ ਦੀ ਇਸ ਲੰਬੇ ਸੀਜ਼ਨ ਨੇ ਵੀ ਇੱਕ ਤਰ੍ਹਾਂ ਨਾਲ ਰੋਜ਼ ਕੰਮ ਕਰਨ ਵਾਲੇ ਅਤੇ ਦਿਹਾੜੀ 'ਤੇ ਗੁਜ਼ਾਰਾ ਕਰਨ ਵਾਲੇ ਲੋਕਾਂ ਦੇ ਲਈ ਖਾਸੀ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਕੈਮਰਾਮੈਨ ਵਿਨੇ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ।